ਸਰਦਾਰ ਸਿੰਘ ਮੈਂ ਕਮਿਟ ਕਰਕੇ ਆਇਆ ਕਿ ਉਹ ਕੋਈ ਹਿਚਕਿਚਾਹਟ ਨਾ ਹੋ, ਆਪਾਂ ਸਪੋਰਟ ਕਰਾਂਗੇ। ਐਸ ਜੀ ਪੀ ਸੀ ਦੇ ਵੀ ਨੁਮਾਇੰਦੇ ਸੀਗੇ, ਉਹਨਾਂ ਨੇ ਵੀ ਦੱਸਿਆ ਕਿ ਉਹ ਵੀ ਵਹਾਂ ਪੇ ਦੇਖ ਰਹੇ ਹੈਗੇ ਅਤੇ ਸਪੋਰਟ ਕਰ ਰਹੇ ਹੈਗੇ। ਡਾਕਟਰ ਸਾਹਿਬ ਹੋਰਾਂ ਨਾਲ ਵੀ ਲਗਾਤਾਰ ਟੱਚ ਦੇ ਵਿੱਚ ਹੈ, ਔਰ ਜਦੋਂ ਇਹ ਆਏ ਸੀ ਉਦੋਂ ਤੋਂ ਹੀ ਮੈਂ ਇਹਨਾਂ ਦੇ ਟੱਚ 'ਚ ਹਾਂ। ਮੈਨੂੰ ਇਨਫੋਰਮੇਸ਼ਨ ਮਿਲ ਗਈ ਸੀ, ਡੀ ਸਾਹਿਬ ਨੂੰ ਕਹਿਤਾ ਸੀਗਾ, ਬਾਕੀ ਜੇ ਕੋਈ ਇੱਕ ਬੱਚਾ ਮੈਨੂੰ ਪਤਾ ਲੱਗਿਆ ਡੀ ਐਮ ਸੀ ਹੈ, ਉਹਨੂੰ ਵੀ ਉੱਥੇ ਫੋਲੋਅਪ ਕਰਾਂਗੇ। ਸੋ ਬੜੀ ਅਣਹੋਣੀ ਹੋਈ ਹੈ, ਮੰਦਭਾਗੀ ਘਟਨਾ ਸੀ, ਅਸੀਂ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਖੜੇ ਹਾਂ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਗੁਰਦੁਆਰਾ ਸਾਹਿਬ ਵਜੀਦਪੁਰ ਵਿੱਚ ਵਾਪਰੀ ਸਿਲੰਡਰ ਫਟਣ ਦੀ ਘਟਨਾ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਪੰਜ ਬੱਚਿਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਅਧੀਨ ਰੱਖਿਆ ਹੋਇਆ ਹੈ ਅਤੇ ਇੱਥੇ ਹਰ ਰੋਜ਼ ਉਹਨਾਂ ਦਾ ਪਤਾ ਲੈਣ ਲਈ, ਉਹਨਾਂ ਦੀ ਆਰਥਿਕ ਮਦਦ ਲਈ, ਉਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਦੇਣ ਲਈ ਲਗਾਤਾਰ ਸਰਕਾਰੀ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ, ਸਮਾਜ ਸੇਵੀ ਅਤੇ ਵੱਡੇ ਸਿਆਸੀ ਆਗੂ ਪਹੁੰਚ ਰਹੇ ਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ 'ਤੇ ਬੱਚਿਆਂ ਦਾ ਪਤਾ ਲੈਣ ਲਈ ਦੂਸਰੀ ਵਾਰ ਪਹੁੰਚੇ ਅਤੇ ਉਹ ਪਰਿਵਾਰਾਂ ਨੂੰ ਵੀ ਮਿਲੇ ਅਤੇ ਆਰਥਿਕ ਮਦਦ ਦਾ ਐਲਾਨ ਵੀ ਕੀਤਾ। ਪਰਿਵਾਰਾਂ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਦੱਸਿਆ ਕਿ ਉਹਨਾਂ ਦੇ ਬੱਚੇ ਪੂਰੀ ਤਰ੍ਹਾਂ ਸਿੱਖ ਸਜੇ ਹੋਏ ਸੀ, ਪਰ ਇਸ ਘਟਨਾ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ। ਉਹਨਾਂ ਦੇ ਸਰੀਰ ਤਾਂ ਝੁਲਸੇ ਹੀ ਝੁਲਸੇ, ਉਹਨਾਂ ਦੇ ਕੇਸ ਵੀ ਇਸ ਅੱਗ ਦੀ ਭੇਂਟ ਚੜ ਗਏ। ਇਹਨਾਂ ਇਹਨਾਂ ਦੇ ਨਾ ਆਪਣਾ ਬੜੀ ਡਿਟੇਲ ਲੈ ਲਓ, ਤੁਹਾਡੇ ਪੰਜਾਂ ਪਰਿਵਾਰਾਂ ਨੂੰ 50,000 ਰੁਪਏ ਮੈਂ ਆਪਦੇ ਕੋਲ ਦਿੱਤੇ। ਅਸੀਂ ਪੂਰਾ ਜ਼ੋਰ ਲਾਏ ਹੋਏ ਹਾਂ, ਪੂਰਾ ਜ਼ੋਰ ਲਾਇਆ ਬਚਣਗੇ ਬੱਚੇ। ਜੋ ਇੱਥੇ ਪੈਨਲ ਕਹਿੰਦਾ, ਇਲਾਜ ਖੁਣੋ ਤਾਂ ਇੱਥੋਂ ਦੇ ਡਾਕਟਰ ਨਹੀਂ ਛੱਡਦੇ, ਪਰ ਮੇਰੀ ਇਹ ਮੰਗ ਆ ਪ੍ਰਸ਼ਾਸਨ ਤੋਂ ਵੀ ਮੇਰੇ ਬੱਚੇ ਨੂੰ ਬਾਹਰ ਤੋਂ ਵੀ ਡਾਕਟਰ ਲਿਆ ਕੇ ਮੇਰੇ ਬੱਚੇ ਦੀ ਕੇਅਰ ਕਰੀ। ਮੇਰੇ ਬੱਚੇ ਦੀ ਕੰਡੀਸ਼ਨ ਡਾਊਨ ਆ ਜੀ, ਠੀਕ ਹੈ ਡਾਕਟਰ। ਡਾਕਟਰ ਸਾਹਿਬ ਨਾਲ ਗੱਲ ਹੋਈ ਹੈ, ਬੱਚਿਆਂ ਦੇ ਜਿਹੜੇ ਅਟੈਂਡੈਂਟਸ ਹੈ, ਪੇਰੈਂਟਸ, ਉਹਨਾਂ ਨਾਲ ਵੀ ਗੱਲ ਹੋਈ ਹੈ। ਇਲਾਜ ਠੀਕ ਚੱਲ ਰਿਹਾ, ਗੁਰੂ ਸਾਹਿਬ ਮਿਹਰ ਕਰਨਗੇ, ਔਰ ਕਿਸੇ ਵੀ ਤਰ੍ਹਾਂ ਦੀ ਇਲਾਜ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ। ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਹੋਇਆ, ਡਾਕਟਰ ਸਾਹਿਬ ਹੋਰਾਂ ਨਾਲ ਵੀ ਲਗਾਤਾਰ ਟੱਚ ਦੇ ਵਿੱਚ ਹੈ, ਔਰ ਜਦੋਂ ਇਹ ਆਏ ਸੀ ਉਦੋਂ ਤੋਂ ਹੀ ਮੈਂ ਇਹਨਾਂ ਦੇ ਟੱਚ 'ਚ ਹਾਂ। ਮੈਨੂੰ ਇਨਫੋਰਮੇਸ਼ਨ ਮਿਲ ਗਈ ਸੀ, ਡੀ ਸਾਹਿਬ ਨੂੰ ਕਹਿਤਾ ਸੀਗਾ, ਬਾਕੀ ਜੇ ਕੋਈ ਇੱਕ ਬੱਚਾ ਮੈਨੂੰ ਪਤਾ ਲੱਗਿਆ ਡੀ ਐਮ ਸੀ ਹੈ, ਉਹਨੂੰ ਵੀ ਉੱਥੇ ਫੋਲੋਅਪ ਕਰਾਂਗੇ। ਸੋ ਬੜੀ ਅਣਹੋਣੀ ਹੋਈ ਹੈ, ਮੰਦਭਾਗੀ ਘਟਨਾ ਸੀ, ਅਸੀਂ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਖੜੇ ਹਾਂ। ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਏਗੀ ਅਸੀਂ ਕਰਵਾਵਾਂਗੇ। ਪੰਜ ਬੱਚੇ ਗੁਰਦੁਆਰਾ ਵਿੱਚ ਕੰਮ ਕਰ ਰਹੇ ਸੀਗੇ, ਘਰ ਸੇਵਾ ਕਰ ਰਹੇ ਸੀਗੇ, ਅਤੇ ਉਹਨਾਂ ਨੂੰ ਬਰਨ ਸਿਵੀਅਰ ਬਰਨ ਕੇਸਿਸ ਹੈ। 21 ਬੱਚਾ 35% ਦਾ ਹੈਗਾ, ਬਟ ਬਾਕੀ ਸਾਰੇ 45% ਤੋਂ ਉੱਪਰ ਪਰਸੈਂਟ ਦੇ ਹੈਗੇ।
ਦੇ ਆਰ ਇਨ ਦੀ ਬੈਸਟ ਹੈਂਡਸ, ਪੂਰੀ ਅੱਛੀ ਤਰੀਕੇ ਸੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ, ਅਤੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੋਈ ਵੀ ਅਗਰ ਮੈਡੀਸਿਨ ਵਗੈਰਾ ਅਤੇ ਕੁਛ ਵੀ ਆਤਾ ਹੈ ਤਾਂ ਮੈਂ ਕਮਿਟ ਕਰਕੇ ਆਏਗਾ ਕਿ ਉਹ ਕੋਈ ਹਿਚਕਿਚਾਹਟ ਨਾ ਹੋ, ਆਪਾਂ ਸਪੋਰਟ ਕਰਾਂਗੇ। ਐਸ ਜੀ ਪੀ ਸੀ ਦੇ ਵੀ ਨੁਮਾਇੰਦੇ ਸੀਗੇ, ਉਹਨਾਂ ਨੇ ਵੀ ਦੱਸਿਆ ਕਿ ਉਹ ਵੀ ਵਹਾਂ ਪੇ ਦੇਖ ਰਹੇ ਗੇ ਅਤੇ ਸਪੋਰਟ ਕਰ ਰਹੇ ਗੇ। ਵੀ ਪ੍ਰੇ ਕਿ ਉਹ ਜਲਦੀ ਠੀਕ ਹੋ ਜਾ, ਅਦਰਵਾਈਜ਼ ਬੈਸਟ ਹੈਂਡਸ ਮੇ ਹੈ ਐਂਡ ਟ੍ਰੀਟਮੈਂਟ ਅੱਛੀ ਚੱਲ ਰਹੀ ਉਹਨਾਂ ਦੀ। ਮੈਂ ਕਮਿਟ ਕਰਕੇ ਆਏਗਾ ਕਿ ਉਹ ਕੋਈ ਹਿਚਕਿਚਾਹਟ ਨਾ ਹੋ, ਆਪਾਂ ਸਪੋਰਟ ਕਰਾਂਗੇ। ਐਸ ਜੀ ਪੀ ਸੀ ਦੇ ਵੀ ਨੁਮਾਇੰਦੇ ਸੀਗੇ, ਉਹਨਾਂ ਨੇ ਵੀ ਦੱਸਿਆ ਕਿ ਉਹ ਵੀ ਵਹਾਂ ਪੇ ਦੇਖ ਰਹੇ ਗੇ ਅਤੇ ਸਪੋਰਟ ਕਰ ਰਹੇ ਗੇ। ਡਾਕਟਰ ਸਾਹਿਬ ਹੋਰਾਂ ਨਾਲ ਵੀ ਲਗਾਤਾਰ ਟੱਚ ਦੇ ਵਿੱਚ ਹੈ, ਔਰ ਜਦੋਂ ਇਹ ਆਏ ਸੀ ਉਦੋਂ ਤੋਂ ਹੀ ਮੈਂ ਇਹਨਾਂ ਦੇ ਟੱਚ 'ਚ ਹਾਂ, ਮੈਨੂੰ ਇਨਫੋਰਮੇਸ਼ਨ ਮਿਲ ਗਈ।